इतने पौधे क्योंकि ये लाते ने अमरूद दे बूटे दो, ये एक अमरूद का बूटा ये लाता, एक लग गया अमरूद का बूटा, आ अनार का बूटा लग गया, ये हूँ फुट गया बूटा, फुट पे अस इधर आया काम किया वा सारा सारा काम करके, ते साड़ियां उधर हो गई ने सारिया दीवारा दोनों कल दबा क्लियर, वो वाशरूम दोवे दे मुकम्मल, ते हुण अपने अपने लगाए 5:30 बजे पहले दिन छुट्टी की। ਕੰਮ ਕੀ ਹਾਲ ਚਾਲ ਮੀਦਾ ਪੈਨ ਬੜਾ ਠੀਕ ਹੋ ਸਾਰੇ, ਮੈਂ ਤੁਹਾਡਾ ਆਪਣਾ ਰਿਆਸਤ ਗਿੱਲ, ਤੁਸੀਂ ਮੇਰਾ 90 ਰੁਪਏ ਵੇਲਾ ਜੱਟ ਬਣ, ਅਤੇ ਕੰਮ ਦੇ ਉੱਪਰ ਆਇਆ ਲਾ ਖੈਰ ਕਰ ਕੰਮ ਕਰਨ ਲੱਗਿਆ ਸ਼ੁਰੂ, ਪਰ ਐਰਾ ਭਰਨ ਲੱਗਾ ਮੈਂ, ਵਾਰ ਦੋ ਲੱਗ ਗਏ ਨੇ ਐਰਾ ਭਰਨ ਲੱਗਾ ਮੈਂ, ਭਰ ਕੇ ਅਤੇ ਫਿਰ ਲਾ ਖੈਰ ਕਰ ਰੱਖਣਾ ਸ਼ੁਰੂ ਕਰਦਾ, ਅਸੀਂ ਕਰ ਲੈਣੇ ਵਾਸ਼ਰੂਮ 12 ਵੱਜ ਗਏ ਨੇ, ਇਹ 4 ਕੰਧਾਂ ਸਿੱਧੀਆਂ ਨੇ, ਕਾਰ ਪਹਿਲਾਂ ਐਰਾ ਭਰਿਆ ਸੀ ਸਾਰਾ, ਐਰਾ ਭਰ ਕੇ ਹੁਣ 4 ਸਵੇਰੇ ਮੈਂ ਕਰਤਾ ਕੰਪਲੀਟ ਕੰਮ, ਹੁਣ ਮਾਰਨ ਲੱਗਾ ਇਹਨੂੰ ਬੁਰਸ਼, ਕਿਉਂਕਿ ਫਿਰ ਖਾਣੀ ਆ ਰੋਟੀ ਅਸੀਂ, ਅਤੇ ਮੁੜ ਕੇ ਗਟਰ ਇੱਧਰ ਫਿਰ ਟੋਇਆ ਕੱਢਾਂਗੇ, ਟੋਇਆ ਕੱਢ ਗਟਰ ਬਣਾ ਕੱਢਿਆ ਹੋਇਆ ਗਟਰ ਫਿਰ ਬਣਾਉਣ ਵਾਲਾ ਖੈਰ ਕਰ, ਇਹ ਮੇਰਾ ਕੰਮ ਹੋ ਗਿਆ ਓਕੇ, ਨਹੀਂ ਤਾਂ ਕਹੀਆਂ ਜੇ ਲੱਗ ਸਾਡੀਆਂ ਅਤੇ ਅੱਲਾ ਖੈਰ ਕਰੇ, ਰੋਟੀ ਖਾਣ ਰੋਟੀ ਖਾ ਫਿਰ ਕਰ ਦੇਣੇ ਸ਼ੁਰੂ, ਅਤੇ ਚੌਧਰੀ ਸਾਡੇ ਨੇ ਲਾਤੇ ਨੇ ਇੱਥੇ ਪੌਦੇ ਕਿਉਂਕਿ ਇਹ ਲਾਤੇ ਨੇ ਅਮਰੂਦ ਦੇ ਬੂਟੇ ਦੋ, ਇਹ ਇੱਕ ਅਮਰੂਦ ਦਾ ਬੂਟਾ ਇਹ ਲਾਤਾ, ਇੱਕ ਲੱਗ ਗਿਆ ਅਮਰੂਦ ਦਾ ਬੂਟਾ, ਆ ਇੱਧਰ ਲਾਤਾ ਉਹਨੇ ਜਾਮਨ ਦਾ ਬੂਟਾ, ਇਹ ਸਾਹਮਣੇ ਲੱਗ ਗਿਆ ਅਨਾਰ ਦਾ ਬੂਟਾ, ਇਸ ਸਾਈਡ 'ਤੇ ਅਨਾਰ ਇਹ ਵਾਲਾ ਅਨਾਰ ਦਾ ਬੂਟਾ ਲੱਗ ਗਿਆ, ਇਹ ਹੁਣ ਫੁੱਟ ਗਿਆ ਬੂਟਾ ਫੁੱਟ ਪਿਆ, ਇੱਧਰ ਬਕੈਨ ਆ ਵੀ ਬਕੈਨ, ਇਹ ਪਰੇ ਨੁੱਕਰ ਤੇ ਤੂਤ ਆ, ਇੱਕ ਬਕੈਨ ਆ ਇੱਕ ਉਹ ਤੂਤ ਹੈ, ਮੁਕੰਬਲ ਇਹ ਜਿਹੜਾ ਡਿਜ਼ਾਇਨ ਜੂਨ ਗਿਆ ਸਾਡਾ ਬਣਿਆ ਸੀ ਉਹ ਤੇ ਹੋ ਗਿਆ ਸਾਡਾ ਮੁਕੰਬਲ, ਤੇ ਸ਼ੇਡ ਵੀ ਹੋ ਗਿਆ ਇਹ ਸਾਡਾ ਪਲਸਤਰ ਸਾਰਾ, ਇਹ ਸਾਹਮਣੇ ਪਲੇਟ ਵੀ ਲਾ ਦਿੱਤੀ ਜੀ ਅਸੀਂ, ਕਿਉਂਕਿ ਨਜ਼ਰ ਬੜੀ ਵਾਮ ਜੀ ਲੱਗਦੀ ਇਸ ਵਾਸਤੇ, ਪੀ ਰਿਹਾ ਚਾਹ ਤਾਂ ਕੈਸਨ ਹੁਣ ਪਾਣੀ ਡਾ ਰਹੇ ਹਾਂ ਕਿਉਂਕਿ 3 ਲੱਗ ਗਈ 12 ਵੱਜ ਗਏ, ਖਾਣ ਲੱਗਿਆ ਰੋਟੀ, ਤੇ ਜੇ ਕਿਸੇ ਰੋਟੀ ਖਾਣੀ ਹੈ ਤੇ ਆ ਜਾਵੋ, ਕਿਉਂਕਿ ਉਸਤਾਦ ਮੇਰਾ ਹੁਣ ਲਾ ਰਿਹਾ ਪਾਣੀ, ਜਾਨ ਦੀ ਬੋਤਲ ਕਹਿੰਦੇ ਆ ਸਾਡੇ ਮੁੰਡਾ ਉਹਨੂੰ ਸ਼ੈਤਾਨ ਕਹਿੰਦਾ, ਅਜੇ ਵੀ ਪੀਂਦਾ ਸ਼ੈਤਾਨ, ਪੀਣ ਲੱਗਿਆ ਕਿਉਂਕਿ ਚੌਧਰੀ ਸਾਡੇ ਮਾਲਕ ਦੀ ਮਰ ਗਈ ਆ ਮੱਝ, ਮਾਨੇ 10,000 ਕੀ ਹੋਇਆ ਸੀ, ਇੱਧਰ ਸਾਹਮਣੇ ਹੋ ਕੇ ਦੱਸ ਨਾ ਯਾਰ, ਚਾਹ ਹੁਣ ਪੀਣ ਦਿਆ, ਮਾਲਕ ਦੀ ਮਰ ਗਈ ਯਾਰ ਸਾਡੇ ਦੀ ਮੱਝ, ਤੇ 2 ਟਾਈਮ ਦੀ ਚਾਹ ਸਾਡੀ 1 ਟਾਈਮ ਦੀ ਹੋ ਗਈ ਜੇ, ਜਿਹੜੀ 2 ਟਾਈਮ ਹੁੰਦੀ ਸੀ ਨਾ ਹੁਣ ਸਾਨੂੰ 1 ਟਾਈਮ ਮਿਲਦੀ ਹੈ ਇਸ ਵੇਲੇ, ਪਤਾ ਨਹੀਂ ਸਾਡਾ ਕਿਤੇ ਮੱਝ ਦੇ ਅੱਲਾ ਲੈ ਗਿਆ, ਤੇ ਸਾਡੀ ਚਾਹ ਕੌਣ ਲੈ ਗਿਆ ਸਾਨੂੰ ਇਹ ਦੱਸੋ, ਹੈ ਮਾਨਿਆ ਸਾਨੂੰ ਚੌਧਰੀ ਚਾਹ ਪਿਲਾਈ ਇੱਕ ਵਾਰੀ ਬਸ, ਸਵੇਰ ਦੀ ਅਤੇ ਸ਼ਾਮ ਦੀ ਇਕੱਠੀ ਪੀਣ ਲੱਗਿਆ 12 ਵਜੇ, ਕਿਉਂਕਿ ਰੋਟੀ ਖਾਧੀ ਆ, ਉਹਨਾਂ ਕਹਾ 12 ਵਜੇ ਪੀਣੀ ਹੈ ਤਾਂ ਪੀਓ, ਨਹੀਂ ਪੀਣੀ ਤਾਂ ਜਾਓ, ਅਸੀਂ ਹੁਣ ਭਰਾਵਾ ਇਹ ਫੜ ਲਏ ਵੇ ਕੱਪ ਅਤੇ ਲੱਗੀਆਂ ਚਾਹ ਪੀਣ, ਕਿਉਂ ਬੰਬ ਸਾਹਿਬ ਚਾਹ ਪੀਣ ਲੱਗੇ, ਹਾਂ ਚਾਹ ਪੀਣੀ ਹੈ ਤਾਂ ਮੁੜ ਆ ਜਾਓ, ਇਹ ਕੱਪ ਮੇਰਾ ਵੀ ਅਤੇ ਫੁੱਲ ਬਣਿਆ ਹੋਵੇ, ਹੁਣ ਲਾਉਣ ਲੱਗੇ ਅਸੀਂ ਆ ਧਾਰਾਂ, ਕਿਉਂਕਿ ਜੱਟ ਸਾਹਿਬ ਅੱਜ ਕੱਲ੍ਹ ਫੁੱਲ ਫਾਰਮ ਦੇ ਵਿੱਚ ਨੇ, ਧਾਰਾਂ ਲਾ ਦੀ ਮੈਂ ਟਾਈਮ ਨਾਲ, ਅਤੇ ਸਾਡਾ ਮਿਸਤਰੀ ਲੱਗਾ ਝਾੜ ਚੜੇ ਇੱਕ ਥੱਲੇ ਖਲੋ ਕੇ, ਕੋਈ ਕੱਦ ਉੱਪਰ ਦਾ ਨਹੀਂ ਮੇਰੇ ਤਰ੍ਹਾਂ ਗਰੀਬ ਦਾ, ਮੈਂ ਹੱਡੀਆਂ ਚੁੱਕ ਚੁੱਕ ਕੇ ਲੱਗਾ ਹੋਇਆ ਉੱਤੋਂ ਸਫਾਈਆਂ ਕਰਨ, ਅਤੇ ਇੱਧਰ ਮਾਨੇ ਦੇ ਨਿੱਕਾ ਵੱਡਾ ਉਹ ਤੋਂ ਵੱਡਾ ਸਾਰੇ ਆ ਗਏ ਨੇ ਮਾਨੇ ਦੇ ਪਿੱਛੇ, ਵੀ ਆਪਾਂ ਸਾਡਾ ਇੱਥੇ ਕੀ ਕਰਦਾ, ਹੁਣ ਸਾਡਾ ਕੰਮ ਲਾਗੇ ਲਾਗੇ ਲੱਗਦਾ ਜਾਂਦਾ ਵਾ, ਬਸ ਰਹਿ ਗਈ ਸਾਡੇ 4 ਦੀਵਾਰੀਆਂ, ਅਤੇ ਉਹ ਵਾਸ਼ਰੂਮ 2 ਤਿਆਰ ਕਰਨੇ ਆ, 4 ਦੀਵਾਰੀਆਂ ਰਹਿ ਗਈਆਂ ਵਾ, ਫਿਰ ਅਸੀਂ ਅੱਲਾ ਖੈਰ ਕਰਕੇ ਕਿਤੇ ਹੋਰ ਪਾਸੇ ਜਾਵਾਂਗੇ, ਦੁਆ ਕਰੋ ਕਿ ਸਾਨੂੰ ਕਿਸੇ ਮਸੀਤ ਦਾ ਕੰਮ ਲੱਭੇ ਜਿੱਥੇ ਮਸੀਤ 'ਤੇ ਬਹਿ ਕੇ ਕੰਮ ਕਰੀਏ, ਇਹ ਧਾਰਾਂ ਸਾਡੀਆਂ ਗਈਆਂ ਲੱਗ, ਇਹ ਵਾਲੀਆਂ ਇਹ ਬਾਹਰੋਂ ਯੱਕੀਆਂ ਧਾਰਾਂ ਮੈਂ ਲਾਈਆਂ ਐਵੇਂ, ਅਤੇ ਮੇਰਾ ਮਿਸਤਰੀ ਸਵੇਰ ਦਾ ਪੈਪ ਫੜ ਕੇ ਖੜਾ, ਜਦੋਂ ਅਗਲੀ ਵੀਡੀਓ ਦਿਖਾਇਆ ਪੈਪ ਫੜਿਆ ਸੀ, ਹੁਣ ਫਿਰ ਇਸ ਬੰਦੇ ਪੈਪ ਫੜਿਆ, ਅਤੇ ਮਾਨਾ ਗਰੀ ਬਾਜ਼ਾਰ ਤੋਂ ਹੋ ਰਿਹਾ, ਅਤੇ ਇੱਥੋਂ ਲੱਭਾ ਵਾ 8 ਚੱਕ ਦੇ ਵਿੱਚੋਂ, ਇੱਥੋਂ ਆਪਣੇ ਨਾ 7 ਚੱਕ 'ਚੋਂ ਰਾਸ਼ਨ ਰੋਜ਼ਿਆਂ ਦਾ ਕਰਕੇ, ਅਤੇ ਸਵੇਰ ਦੇ ਗੱਟੂ ਲੈਣ ਗਏ, ਅਤੇ ਮੇਰਾ ਸ਼ਨਾਤੀ ਕਾਰਡ ਲੈ ਗਿਆ, ਮੇਰਾ ਵੀ ਰਾਸ਼ਨ ਲੈ ਗਏ, ਆ ਸਾਡੇ 3 ਬੰਦਿਆਂ ਦਾ ਇਹਨੇ ਰਾਸ਼ਨ ਚੁੱਕ ਲਿਆ, ਇਸ ਬੰਦੇ ਨੇ ਆ 3 ਬੰਦਿਆਂ ਦਾ ਸ਼ਨਾਤੀ ਕਾਰਡ ਲੈ ਗਿਆ, ਮਾਨੇ ਦਾ, ਚੌਧਰੀ ਦਾ, ਮੇਰਾ, ਗੱਟੂ ਆਪਣੇ ਘਰ ਰੱਖਿਆ ਜੀ ਸਾਰੇ, ਇਹਦੇ ਕੰਮ ਯਾਰ ਸਾਨੂੰ ਇਸੇ ਕੰਮ 'ਤੇ ਫਸਾਇਆ, ਕਹਿੰਦਾ ਮੈਂ ਘਰੋਂ ਹੋ ਗਿਆ, ਉਹ ਤਾਂ ਮੈਨੂੰ ਫੋਨ ਆਇਆ ਉਧਰੋਂ ਘਰੋਂ ਵੀ ਮਾਲ ਲੈ ਗਏ ਕਿਆ ਸਰ, ਮੈਂ ਤਾਂ ਹੁਣ ਇਹਦੇ ਸ਼ੇਰ ਵਾਂ, ਫੱਟੀ ਲਿੱਤੇ ਕੰਮ, ਸ਼ੁਕਰ ਮੇਲਾ ਹੋ ਗਿਆ ਸਾਡਾ ਖਤਮ, ਵੈਸੇ ਜਿਹੜੇ ਚੌਲ ਮਾਰਨੇ ਸੀ ਮੈਂ ਮਾਰ ਲਈ ਆ, ਅਸੀਂ ਆਇਆ ਕੰਮ ਕੀਤਾ ਵਾ ਸਾਰਾ ਸਾਰਾ ਕੰਮ ਕਰਕੇ, ਅਤੇ ਸਾਡੀਆਂ ਉਧਰ ਹੋ ਗਈਆਂ ਨੇ ਸਾਰੀਆਂ ਦੀਵਾਰਾਂ ਦੁਵਾਰਾਂ ਕੱਲ ਕਲੀਅਰ, ਵਾਸ਼ਰੂਮ ਦੋਵਾਂ ਦੇ ਮੁਕੰਮਲ, ਅਤੇ ਹੁਣ ਇਹ ਆਪਣੇ ਆਪਣੇ ਲਗਾਏ 5:30 ਵਜੇ, ਅਸੀਂ ਪਹਿਲੇ ਦਿਨ ਛੁੱਟੀ ਕੀਤੀ ਆ, ਕਿਉਂਕਿ ਸਾਡਾ ਉਸਤਾਦ ਹੁਣ ਪੈਰ ਧੋ ਰਿਹਾ, ਵੇਖੋ ਆਹ ਪਾਣੀ ਦੀ ਕਦਰ ਆ, ਪੈਰ ਦੇ ਵਿੱਚ ਪੈਪ, ਹੱਥ ਕੂਚ ਰਿਹਾ ਉਂਗਲਾਂ, ਅਤੇ ਕੀ ਹਾਲਾਤ ਇਹਨਾਂ ਦੇ ਯਾਰ, ਵੇਖ ਲਓ ਕਿਸੇ ਨੂੰ ਪਾਣੀ ਪੀਣ ਲੱਗਦੇ, ਉਹ ਉੱਧਰ ਮੇਰਾ ਰੈਰੂ ਯਾਰ ਜਾਣ ਦਿਆ ਜੇ, ਉਹ ਪਰੇ ਨੁੱਕਰ 'ਚ, ਅਤੇ ਇਸ ਬੰਦੇ ਨੇ ਜਲੀਲ ਕੀਤਾ ਮੈਨੂੰ ਕਿਉਂਕਿ ਮੇਰੇ ਕੋਲ ਨਹੀਂ ਹੁੰਦਾ, ਉਰੇ ਆਓ ਏ ਦਿਖਾਓ, ਉਰੇ ਦਿਖਾਓ, ਉਰੇ ਆ ਰਾਸ਼ਨ ਮੁੱਕ ਗਿਆ ਭੱਜ ਗਿਆ, ਇਹ ਕਹਿੰਦਾ ਮੈਂ ਅੱਗੋਂ ਹੋਵਾਂ, ਤਾਂ ਹੁਣ ਮੈਨੂੰ ਕੋਈ ਇਹਨਾਂ ਦਾ ਹਿਸਾਬ ਨਹੀਂ ਲੱਗਦਾ, ਉਹ ਮਿਸਤਰੀ ਤਾਂ ਡਰਦੇ ਨਹੀਂ ਹੁੰਦੇ ਸਾਡੇ ਤੋਂ ਕਿ ਅੱਗੋਂ ਕਿਤੇ ਚੱਲ ਨਾ ਜਾਵੇ।